ਸਮਾਜ ਵਿੱਚ ਲਗਾਤਾਰ ਵੱਧ ਰਹੇ ਨਸ਼ੇ ਨੂੰ ਖਤਮ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਗਿਆਸਪੁਰਾ ਸਥਿਤ ਐਸ ਜੀ ਗੁਪਤਾ ਮੈਮੋਰੀਅਲ ਕਾਨਵੈਂਟ ਸਕੂਲ ਵਿੱਚ ਬੱਚਿਆਂ ਦੁਆਰਾ ਨਸ਼ਾ ਵਿਰੋਧੀ ਰੈਲੀ ਕੱਢੀ ਗਈ। ਹੱਥਾਂ ਵਿੱਚ ਨਸ਼ਿਆਂ ਖਿਲਾਫ਼ ਲਿਖੇ ਸਲੋਗਨ ਦੀਆਂ ਤਖ਼ਤੀਆਂ ਪਕੜੇ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੇ ਨਾਰੇ ਲਗਾਉਂਦੇ ਵਿਦਿਆਰਥੀ ਵਿਦਿਆਰਥਣਾਂ ਨੇ ਰੈਲੀ ਦੇ ਰੂਪ ਵਿੱਚ ਇਲਾਕੇ ਵਿੱਚ ਘੁੰਮ ਕੇ ਲੋਕਾਂ ਨੂੰ ਨਸ਼ਿਆਂ ਨੂੰ ਤਿਆਗਣ ਅਤੇ ਉਹਨਾਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਨੀਤਾ ਸਿੰਗਲਾ ਅਤੇ ਪ੍ਰਿੰਸੀਪਲ ਨੇਹਾ ਸਿੰਗਲਾ ਨੇ ਕਿਹਾ ਕਿ ਨਸ਼ਾ ਅੱਜ ਲੋਕਾਂ ਨੂੰ ਮੌਤ ਦੇ ਦਲਦਲ ਵਿੱਚ ਲਿਜਾ ਰਿਹਾ, ਜਿਸ ਤੋਂ ਬਚਾਉਣ ਦੇ ਲਈ ਸਮਾਜ ਵਿੱਚ ਜਾਗਰਤੀ ਲਿਆਉਣਾ ਜ਼ਰੂਰੀ ਹੈ। ਅਨੀਤਾ ਸਿੰਗਲਾ, ਡਾਇਰੈਕਟਰ ਐਸ ਜੀ ਗੁਪਤਾ ਮੈਮੋਰੀਅਲ ਕਾਨਵੈਂਟ ਸਕੂਲ। ਅੱਜ ਅਸੀਂ ਆਪਣੇ ਸਕੂਲ ਦੇ ਰਾਹੀਂ ਨਸ਼ਿਆਂ ਦੇ ਪ੍ਰਤੀ ਅਵੇਅਰ ਕਰਨ ਵਾਸਤੇ ਇੱਕ ਰੈਲੀ ਕੱਢੀ ਆ। ਅਸੀਂ ਆਪਣੇ ਬੱਚਿਆਂ ਦੇ ਥਰੂ ਅੱਜ ਦੇ ਯੁਵਾ ਲੋਕਾਂ ਨੂੰ, ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਨਸ਼ੇ ਸਾਡੀ ਸਿਹਤ ਦੇ, ਸਾਡੇ ਸਮਾਜ ਲਈ ਕਿੰਨਾ ਖਤਰਨਾਕ ਹਨ। ਨਸ਼ਿਆਂ ਦੇ ਕਰਕੇ ਹੀ ਸਾਡੇ ਸ਼ਹਿਰ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਕ੍ਰਾਈਮ ਵੱਧ ਰਿਹਾ ਹੈ ਅਤੇ ਇਹਨਾਂ ਨੂੰ ਅਵੇਅਰ ਕਰਨ ਵਾਸਤੇ ਹੀ, ਜਾਗਰੂਕ ਕਰਨ ਵਾਸਤੇ ਹੀ ਅਸੀਂ ਅੱਜ ਇੱਕ ਰੈਲੀ ਕੱਢੀ ਹੈ। ਹਾਂਜੀ, ਅਸੀਂ ਸਕੂਲ ਦੇ ਵਿੱਚ ਸਮੇਂ ਸਮੇਂ 'ਤੇ ਇਹੋ ਜਿਹੀਆਂ ਗਤੀਵਿਧੀਆਂ ਕਰਾਉਂਦੇ ਹਾਂ ਜਿਹਦੇ ਵਿੱਚ ਬੱਚਿਆਂ ਦੀਆਂ ਆਲ ਡਿਵੈਲਪਮੈਂਟ ਵਾਸਤੇ ਹਰ ਤਰ੍ਹਾਂ ਦੀ ਐਕਟੀਵਿਟੀਜ਼ ਕਰਾਉਂਦੇ ਹਾਂ। ਰੈਲੀਆਂ ਵੀ ਅਲੱਗ ਅਲੱਗ ਮੁੱਦਿਆਂ 'ਤੇ ਅਸੀਂ ਕੱਢਦੇ ਰਹਿੰਦੇ ਹਾਂ ਵਾਰ ਵਾਰ, ਅਤੇ ਸਾਡੇ ਸਕੂਲ ਦੇ ਵਿੱਚ ਬੱਚਿਆਂ ਨੂੰ ਡਰਾਇੰਗ, ਪੋਸਟਰ ਮੇਕਿੰਗ ਅਤੇ ਸਾਇੰਸ ਪ੍ਰੋਜੈਕਟ ਵਗੈਰਾ 'ਤੇ ਅਸੀਂ ਬੱਚਿਆਂ ਦੀ ਤਿਆਰੀ ਕਰਵਾਉਂਦੇ ਹਾਂ। ਲੁਧਿਆਣਾ ਤੋਂ ਕੁਲਬੀਰ ਰਾਹੀ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।